ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਰੋਸ ਮਾਰਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪੌਮਿੰਡ ਸਾਹਿਬ ਤੋਂ ਰਵਾਨਾ ਹੋਇਆ। ਇਸ ਰੋਡ ਸ਼ੋਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸੁਖ ਸਰਕਾਰੀਆ, ਸਿੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ, SSP ਦਰਸ਼ਨ ਸਿੰਘ ਮਾਨ ਵੱਲੋਂ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਸਹੁੰ ਖਵਾਈ ਕਿ ਉਹ ਨਸ਼ਾ ਤਸਕਰਾਂ ਦੀ ਸਪੋਰਟ ਨਹੀਂ ਕਰਨਗੇ। ਇਸ ਰੋਡ ਸ਼ੋਅ ਵਿੱਚ, ਜਿਸ ਵਿੱਚ ਹਲਕੇ ਦੇ ਸਮੂਹ ਪਿੰਡਾਂ ਦੇ ਕਾਂਗਰਸੀ ਆਗੂਆਂ ਨੇ ਆਪੋ ਆਪਣੇ ਕਾਂਗਰਸੀ ਵਰਕਰਾਂ ਨਾਲ ਤਕਰੀਬਨ 25,000 ਮੋਟਰਸਾਈਕਲਾਂ ਨਾਲ ਸ਼ਿਰਕਤ ਕੀਤੀ। ਇਸ ਰੋਡ ਸ਼ੋਅ ਵਿੱਚ ਸ਼ਾਮਲ ਹੋਣ ਲਈ ਸਾਬਕਾ ਪੰਚਾਇਤ ਮੈਂਬਰ ਫੌਜਾ ਸਿੰਘ ਨੇ 100 ਮੋਟਰਸਾਈਕਲਾਂ ਦਾ ਜਥਾ ਲੈ ਕੇ ਸ਼ਾਮਲ ਹੋਏ। ਜਗਦੇਵ ਸਿੰਘ, ਸਾਬਕਾ ਸਰਪੰਚ ਮਾੜੀ ਸਮਰਾ, ਤਕਰੀਬਨ 80 ਮੋਟਰਸਾਈਕਲ ਲੈ ਕੇ ਸ਼ਾਮਲ ਹੋਏ ਅਤੇ ਪ੍ਰਧਾਨ ਗੁਰਮੁਖ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਸੰਦੀਪ ਸਿੰਘ ਸੋਨੀ, ਯੂਥ ਜ਼ਿਲ੍ਹਾ ਸਕੱਤਰ ਸੰਦੀਪ ਸਿੰਘ ਗੁਰਵਿੰਦਰ ਸਿੰਘ ਰੋਹੀਵਾਲਾ ਦੀ ਅਗਵਾਈ ਹੇਠ ਮਾੜੀ ਕੰਬੋਕੂ ਤੋਂ 200 ਮੋਟਰਸਾਈਕਲਾਂ ਦਾ ਜਥਾ ਰਵਾਨਾ ਹੋਇਆ। ਇਸੇ ਤਰ੍ਹਾਂ ਮਾੜੀ ਮੇਘਾ ਤੋਂ ਗੁਰਲਾਲ ਮਸੀਹ 30 ਮੋਟਰਸਾਈਕਲ ਦਾ ਜਥਾ ਲੈ ਕੇ ਰਵਾਨਾ ਹੋਇਆ। ਇਸੇ ਤਰ੍ਹਾਂ ਬਚਿੱਤਰ ਸਿੰਘ ਲਾਲੀ ਕਾਜੀ ਚੱਕ 100 ਮੋਟਰਸਾਈਕਲ ਲੈ ਕੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਹ ਮੋਟਰਸਾਈਕਲ ਸਵਾਰ ਜਥਿਆਂ ਨੇ ਕਾਂਗਰਸ ਸਰਕਾਰ ਜਿੰਦਾਬਾਦ ਦੇ ਨਾਅਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਮੋਟਰਸਾਈਕਲ ਸਵਾਰ ਜਥਿਆਂ ਨੇ ਕਾਂਗਰਸ ਸਰਕਾਰ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਇਹ ਰੋਸ ਮਾਰਚ ਪੌਵਿੰਡ ਸਾਹਿਬ ਤੋਂ ਚੱਲ ਕੇ ਭੀਖੀਵਿੰਡ, ਅਲਗੋ ਕੋਠੀ ਹੁੰਦਾ ਹੋਇਆ ਅਮਰਕੋਟ, ਖੇਮਕਰਨ ਵਿਖੇ ਸਮਾਪਤ ਹੋਇਆ। ਇਸ ਮੌਕੇ ਸਮੂਹ ਆਗੂਆਂ ਨੇ ਕਾਂਗਰਸ ਪਾਰਟੀ ਦੇ ਸੋਹਲੇ ਗਾਏ। ਉੱਥੇ ਹੀ ਕਈਆਂ ਨੇ ਹਲਕੇ ਵਿੱਚੋਂ 90% ਨਸ਼ਾ ਬੰਦ ਹੋਣ ਦੀ ਗੱਲ ਵੀ ਕਹੀ ਜਾ ਰਹੀ ਸੀ। ਬਿਊਰੋ ਰਿਪੋਰਟ, ਦਲਵੀਰ ਉਦੋਕੇ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਮਾੜੀ ਮੇਗਾ, LVS ਨਿਊਜ਼, ਤਰਨ ਤਾਰਨ। ਇਹ ਭਾਜੀ ਨਸ਼ਿਆਂ ਦੇ ਸੰਬੰਧ ਵਿੱਚ ਹੈਗਾ ਵਾ, ਜਿਹੜੇ ਲੋਕ ਨਸ਼ਾ 'ਚ ਲੰਘ ਚੁੱਕੇ ਨੇ 10 ਸਾਲ ਪਹਿਲਾਂ, ਉਹਨਾਂ ਨੂੰ ਬਚਾਉਣ ਲਈ ਇੱਕ ਮੋਟਰਸਾਈਕਲ 'ਤੇ ਰੈਲੀ ਕੱਢਣੀ ਹੈ। ਅਤੇ MLA ਸਾਹਿਬ ਸੁਖਪਾਲ ਸਿੰਘ ਭੁੱਲਰ, ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਅਗਵਾਈ ਹੇਠ ਜਿਹੜੀ ਹੈ ਰੈਲੀ ਨਿਕਲੂਗੀ ਅਤੇ ਜੋ ਵੀ ਨਸ਼ਾ ਮੁਕਤ ਇੱਥੋਂ ਕੀਤਾ ਜਾਊਗਾ। ਕਿੰਨੇ ਮੋਟਰਸਾਈਕਲ ਜਾ ਰਹੇ ਜੀ ਆਪਣੇ? ਜੇ ਹਲਕੇ ਵਾਈ ਤਾਂ ਜੀ ਮੇਰੇ ਖਿਆਲ ਨਾਲ ਹੋ ਜਾਣੇ ਆ ਕੋਈ 25,000 ਤੱਕ ਹੋ ਜਾਏਗਾ। ਨਹੀਂ, ਆਪਣੇ ਆਪਣੇ ਮਾੜੀ ਕੰਬੋਕੇ ਤੋਂ ਕਿੰਨੇ ਜੀ? ਇੱਥੋਂ ਵੀ ਅਸੀਂ 200 ਦੇ ਕਰੀਬ ਜਿਹੜੇ ਮੋਟਰਸਾਈਕਲ ਲੈ ਕੇ ਇੱਥੋਂ ਰਵਾਨਾ ਹੋਵਾਂਗੇ। ਸਾਰੇ ਅਲੱਗ ਅਲੱਗ ਸਾਰੇ ਪਿੰਡਾਂ ਤੋਂ ਵੀ ਉਹਨਾਂ ਕੀਤੀਆਂ ਲੱਗੀਆਂ ਹੋਈਆਂ ਨੇ, ਕਿਸੇ ਦਾ 100, 200, 300 ਚੱਲਦਾ ਪਿੰਡ ਹੈ, ਉਹਨਾਂ ਦੇ ਅਸੀਂ ਸਾਨੂੰ ਚੱਲ ਰਿਹਾ ਅਤੇ ਸਾਡੇ ਪਿੰਡ ਦੇ ਸਾਰੇ ਬਹੁਤ ਵਾਰ ਇੱਕ ਮੋਟਰ ਕੇ ਸਾਰੇ ਜਾ ਰਹੇ ਨੇ। ਕੋਈ ਇਹਦੇ ਵਿੱਚ ਕੋਈ ਲਾਗਤਬਾਜ਼ੀ ਨਹੀਂ, ਕੋਈ ਉਹਦੀ ਗੱਲ ਨਹੀਂ ਹੈਗੀ, ਸਾਰੇ ਪਿਆਰ ਨਾਲ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਕੈਪਟਨ ਸਾਹਿਬ ਨੇ ਜੋ ਸਰਕਾਰ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰੂੰਗਾ, ਹਾਂਜੀ, ਉਸ ਕਾਰਨ ਕਰਕੇ ਸਾਡੇ MLA ਸਾਹਿਬ ਸੁਖਪਾਲ ਸਿੰਘ ਜੀ ਭੁੱਲਰ, ਉਹਨਾਂ ਦੀ ਗਵਾਹੀ ਹੇਠ ਅੱਜ ਜੋ ਨਸ਼ੇ ਦਾ ਕੋਡ ਪੰਜਾਬ ਦੇ ਹਰੇਕ ਪਿੰਡ ਹਰੇਕ ਜ਼ਿਲ੍ਹੇ ਵਿੱਚ ਫੈਲਿਆ ਹੋਇਆ ਸੀ, ਉਹ ਕੋਡ ਨੂੰ ਕੱਢਣ ਵਾਸਤੇ, ਕਿਉਂਕਿ 90% ਜੋ ਸੁਧਾਰ ਹੋ ਚੁੱਕਾ ਆ, ਜੋ ਰਹਿੰਦਾ ਵੀ ਕਥਰ ਆ, ਉਹਨੂੰ ਮੋਟਰਸਾਈਕਲ ਦੀ ਰੈਲੀ ਰਾਹੀਂ ਕਿ ਲੋਕਾਂ ਨੂੰ ਜਾਗਰੂਕ ਕਰਕੇ ਇਹ ਕੋਡ ਜਿਹੜਾ ਉਹ ਇਹਨਾਂ ਪਿੰਡਾਂ ਵਿੱਚੋਂ ਕੱਢਿਆ ਜਾਊਗਾ।
ਠੀਕ ਸਰ, ਅੱਜ ਜਿਹੜਾ ਜਥਾ ਰਵਾਨਾ ਹੋ ਰਿਹਾ ਮਾੜੀ ਕੰਬੂਕਿਆਂ ਦੇ ਵਿੱਚ, ਕਾਹਦੇ ਸੰਬੰਧ 'ਚ ਜੀ? ਜਿਹੜਾ ਜਥਾ ਮਾੜੀ ਕੰਬੂਕੇ ਤੋਂ ਰਵਾਨਾ ਹੋ ਗਿਆ ਹੈ, ਦਾਖਲਾਂ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਕਰ ਵੱਟ ਚੁੱਕਾ ਸੀ, ਉਸ ਨਸ਼ੇ ਨੂੰ ਕੱਢਣ ਦੇ ਲਈ ਦੇਖੋ ਪਿਛਲੇ ਸਾਲ ਅਸੈਂਬਲੀ ਦੀਆਂ ਚੋਣਾਂ ਹੋਈਆਂ ਨੇ, ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਲੋਕਾਂ ਨਾਲ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਈ ਅਤੇ ਨਸ਼ਾ ਅਸੀਂ ਪੰਜਾਬ ਦੇ ਵਿੱਚ ਬਿਲਕੁਲ ਖਤਮ ਕਰਾਂਗੇ, ਉਸੇ ਲੜੀ ਦੇ ਤਹਿਤ, ਕਿਉਂਕਿ ਅੱਜ ਕੱਲ੍ਹ ਬਹੁਤ ਸਖਤੀ ਆ ਅਤੇ ਸਖਤੀ ਦੇ ਅਧੀਨ ਜਿਹੜਾ ਨਸ਼ਾ ਆ ਤਕਰੀਬਨ 90% ਨੂੰ। ਕਿੰਨੇ ਮੋਟਰਸਾਈਕਲ ਜਾ ਰਹੇ ਜੀ? 200 ਦੇ ਕਰੀਬ ਅਸੀਂ ਜਿਹੜਾ ਮੋਟਰਸਾਈਕਲ ਲੈ ਕੇ ਜਾ ਰਹੇ। ਠੀਕ ਹੈ। ਅਸੀਂ ਮਾਣਯੋਗ ਸਰਦਾਰ ਸੁਖਪਾਲ ਸਿੰਘ ਭੁੱਲਰ ਹਲਕਾ ਖੇਮਕਰ ਹਾਂਜੀ, ਛੇਵੇਂ ਦਰਿਆ ਜਿਤਰਾ ਪੰਜ ਦਰਿਆ ਪੰਜਾਂ ਦਰਿਆਵਾਂ ਦੀ ਧਰਤੀ ਆ, ਛੇਵਾਂ ਦਰਿਆ ਜਿਹੜਾ ਨਸ਼ੇ ਦਾ ਹੈ, ਅਸੀਂ ਨਸ਼ੇ ਨੂੰ ਖਤਮ ਕਰਨ ਵਾਸਤੇ ਛੇਵਾਂ ਦਰਿਆ ਚਾਲੂ ਜਿਹੜਾ ਕੀਤਾ ਸੀ ਇਹਨਾਂ ਉਹਨਾਂ ਨੂੰ ਖਤਮ ਕਰਨ ਵਾਸਤੇ ਅਸੀਂ ਨਸ਼ੇ ਦੇ ਸੰਬੰਧ ਵਿੱਚ ਰੈਲੀ ਕੱਢ ਰਹੇ ਹਾਂ। ਅਸੀਂ ਵੀ ਭਾਈਚਾਰੇ ਅੰਦਰੋਂ ਸਾਰੇ ਇਕੱਤਰ ਹੋ ਕੇ ਸਾਡੇ ਤਕਰੀਬਨ 30 ਮੋਟਰਸਾਈਕਲ ਹੈ ਜਿਹਨਾਂ ਨੂੰ ਲੈ ਕੇ ਅਸੀਂ ਚੱਲੇ ਹਾਂ। ਕੀ ਆ ਜਿਹੜੇ ਜਾ ਰਹੇ ਜਥੇ ਕਾਹਦੇ ਸੰਬੰਧ 'ਚ? ਇਹ ਜੀ ਸੁਖਪਾਲ ਸਿੰਘ ਭੁੱਲਰ ਦੀ ਰਹਿਨਮਾਈ ਹੈ, ਨਸ਼ਾ ਦੇ ਖਿਲਾਫ਼ ਜਿਹੜਾ ਮਹਿਮਤੋਰੀ ਆ। ਅੱਛਾ ਜੀ। ਉਹਦੇ ਵਾਸਤੇ ਅਸੀਂ ਜਾ ਰਹੇ ਹਾਂ। ਅੱਛਾ ਜੀ, ਹਾਂਜੀ। ਇਹ ਕਿੰਨੇ ਮੋਟਰਸਾਈਕਲ ਆਪਣੇ ਜਾ ਰਹੇ? ਇਹ ਜੀ ਸਾਡੇ ਕੋਲ, ਮੈਂ ਤੇ ਲਾਲੀ ਕਾਲ ਚੱਕ ਤੇ ਲੱਗੀ ਡਿਊਟੀ, ਤਕਰੀਬਨ ਕੋਈ 125 ਮੋਟਰਸਾਈਕਲ ਸਾਡੇ ਕੋਲ ਆ। ਅੱਛਾ, ਇਸ ਵਕਤ? ਹਾਂਜੀ, ਇਸ ਵਕਤ ਇਕੱਠਾ ਜਸਾ ਦੋਵੇਂ ਸੁਖਪਾਲ ਸਿੰਘ ਭੁੱਲਰ ਹੋਣਾ ਦੋਵਾਂ ਦੇ ਪਿੰਡ ਨੇ ਡਿਊਟੀ ਲਾਈ, ਲੈ ਕੇ ਤੇ ਜਾ ਰਹੇ। ਠੀਕ ਹੈ। ਹਾਂਜੀ ਹਾਂਜੀ। ਸੁਖਪਾਲ ਜੀ ਜਿੰਦਾਬਾਦ, ਸੁਖਪਾਲ ਜੀ ਜਿੰਦਾਬਾਦ।